ਖਾਣ ਦਾ ਸਾਡਾ ਇਹ ਸੀ ਜੀ, ਹਾਂਜੀ ਖੇਤੀ ਅਸੀਂ ਬਾਅਦ 'ਚ ਕੀਤੀ ਆ, ਬਜ਼ੁਰਗ ਇਕੱਲੇ ਸੀ। ਅੱਛਾ ਜੀ। ਸਾਡੇ ਦਾਣੇ ਹੀ ਮੁੱਕੇ ਰਹਿੰਦੇ ਸੀ। ਅੱਛਾ। ਹਾੜੀ ਤੋਂ ਪਹਿਲਾਂ ਸਾਉਣੀ ਮੁੱਕ ਜਾਣੀ, ਸਾਉਣੀ ਤੋਂ ਪਹਿਲਾਂ ਹਾੜੀ ਮੁੱਕ। ਅੱਛਾ ਜੀ। ਅਤੇ ਉਹ ਹੁਣ ਉਹਨਾਂ ਤਾਂ ਕਰਨਾ ਹੀ ਆ ਵੀ ਬੱਚਿਆਂ ਨੂੰ, ਅਸੀਂ ਦੋ ਭਾਈ ਸੀਗੇ, ਤਿੰਨ ਸਾਡੀਆਂ ਭੈਣਾਂ ਸੀ। ਅੱਛਾ ਜੀ। ਅਤੇ ਉਹ ਜਿੱਦਾਂ ਦਾ ਮਿਲਿਆ ਖਾਣਾ, ਮੈਨੂੰ ਇੱਦਾਂ ਲੱਗਦਾ ਜੀ ਵੀ ਪਾਪੂਲੇਸ਼ਨ ਨਹੀਂ ਵਧੀ, ਕੋਠੇ ਵੱਧ ਗਏ ਆ ਕਮਰੇ। ਅੱਗੇ ਇੱਕ ਦਲਾਨ ਜੀ, ਖੁੱਲ੍ਹਾ ਕਮਰਾ ਇੱਕ ਹੁੰਦਾ ਸੀ, ਸਾਰਿਆਂ ਦੇ ਮੰਜੇ ਉੱਥੇ ਹੁੰਦੇ ਸੀ। ਅੱਜ ਪਰਿਵਾਰ ਹੀ ਆ, ਅੱਗੇ ਸਾਰਾ ਵਿਹੜਾ ਪਰਿਵਾਰ ਹੁੰਦਾ ਸੀ, ਹੁਣ ਘਰ ਹੀ ਪਰਿਵਾਰ ਵਿਹੜਾ ਬਣਿਆ ਹੈ। ਆਪਣੇ ਆਪਣੇ ਕਮਰੇ 'ਚ ਕਿਸੇ ਦਾ ਕੋਈ ਪਤਾ ਨਹੀਂ, ਉਹ ਚਲੇ ਗਿਆ ਆ ਗਿਆ, ਕਿੱਥੇ ਗਿਆ ਕਿੱਥੇ ਨਹੀਂ ਗਿਆ। ਸੂਰਜ ਜਦੋਂ ਅਸੀਂ ਬੱਚੇ ਸੀ ਉਦੋਂ ਵੀ ਇਹੀ ਚੜ੍ਹਦਾ ਸੀ, ਇਹੀ ਰਾਤਾਂ ਪੈਂਦੀਆਂ ਸੀ, ਇਹੀ ਦਿਨ ਚੜ੍ਹਦਾ ਸੀ, ਬਿਜਲੀ ਹੈ ਨਹੀਂ ਸੀ। ਉਦੋਂ ਗਰਮੀ ਕਿਉਂ ਨਹੀਂ ਸੀ ਲੱਗਦੀ, ਉਦੋਂ ਸਰਦੀ ਕਿਉਂ ਨਹੀਂ ਸੀ ਲੱਗਦੀ। ਮੈਂ ਸੁਣਿਆ ਸੀ ਬੈਨ ਆ ਬਾਬਾ, ਬੈਨ ਆ, ਪਰ ਅਜੇ ਵੀ ਮਿਲਦੀ ਆ, ਦੇਖ ਲਓ। ਆਪਾਂ ਖੁਦ ਆਪਣੇ ਪੈਰਾਂ ਤੇ ਕੁਲਾੜਾ ਮਾਰ ਰਹੇ ਆ, ਦੇਖ ਲਓ। ਅੱਛਾ, ਬਚਪਨ ਚ। ਹਾਂਜੀ, ਜਿੱਦਾਂ ਆਪਾਂ ਮਿੱਟੀ ਦੀ ਗੱਲ ਕਰ ਰਹੇ ਸੀ, ਫਰਸ਼ ਜਿਹੜੇ ਆ ਅੱਜ ਕੱਲ ਸਾਰੇ ਕਵਰ ਕਰ ਲਏ ਲੋਕਾਂ ਨੇ, ਕੱਚਾ ਰਿਹਾ ਨੀ, ਤੇ ਉਸ ਕੱਚੀ ਮਿੱਟੀ ਦਾ ਫਾਇਦਾ ਕੀ ਹੁੰਦਾ? ਅੱਗੇ ਬੱਚੇ ਖੇਡਦੇ ਸੀ, ਤੰਦਰੁਸਤ ਰਹਿੰਦੇ ਸੀ। ਹਾਂਜੀ, ਹੁਣ ਕੋਈ ਮਿੱਟੀ 'ਚ ਖੇਡਦਾ ਵੀ ਨਹੀਂ। ਅਤੇ ਕੁਝ ਦਿਨ ਪਹਿਲਾਂ ਹੀ ਮੈਂ ਨਾ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਇਹੀ ਚੀਜ਼ ਆਈ ਕਿ ਬੰਦੇ ਦੇ ਬ੍ਰੇਨ ਵਿੱਚ ਵੀ ਪਲਾਸਟਿਕ ਦੇ ਮਾਈਕਰੋ ਪਾਰਟੀਕਲਸ ਚਲੇ ਗਏ। ਉਹ ਚਲੇ ਗਏ। ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਜੀ ਤੁਹਾਡੇ? ਬਹੁਤ ਹੀ ਕਿਰਪਾ ਜੀ, ਬੜੀ ਕਿਰਪਾ। ਚਲੋ ਜੀ, ਜਾਜਾ ਵਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਕਾਫੀ ਚਿਰ ਬਾਅਦ ਰਿਕਾਰਡਿੰਗ ਕਰ ਰਿਹਾ, ਮੇਰੇ ਹਿਸਾਬ ਨਾਲ 2 ਮਹੀਨੇ ਹੋ ਗਏ ਹੁਣੇ ਮੈਨੂੰ ਕੋਈ ਵੀ ਵੀਡੀਓ ਅਪਲੋਡ ਕੀਤੇ ਹੋਏ ਚੈਨਲ 'ਤੇ, ਅਤੇ ਕੁਝ ਪਰਿਵਾਰ ਦੇ ਵਿੱਚ ਜਿਵੇਂ ਕਿ ਮੈਂ ਆਪਣੇ ਚੈਨਲ 'ਤੇ ਵੀ ਅਪਡੇਟ ਕੀਤਾ ਸੀ ਕਿ ਮੇਰੇ ਮਦਰ ਐਕਸਪਾਇਰ ਹੋ ਗਏ ਸੀ, ਅਤੇ ਉਸ ਕਰਕੇ ਮੈਂ ਬਿਲਕੁਲ ਵੀ ਟਾਈਮ ਨਹੀਂ ਕੱਢ ਸਕਿਆ। ਅਤੇ ਬਾਬਾ ਜੀ ਵੀ ਆਏ ਸੀ ਘਰ, ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਘਰੇ, ਅਤੇ ਚਲੋ ਇੱਕ ਹੌਂਸਲਾ ਮਿਲਦਾ। ਅਤੇ ਬਾਬਾ ਜੀ ਦੀਆਂ ਜਿਹੜੀਆਂ ਸਿੱਖਿਆਵਾਂ, ਕੁਝ ਰਿਕਾਰਡ ਕੀਤੀਆਂ, ਕੁਝ ਮੇਰੇ ਕੋਲ ਆ ਵੈਸੇ, ਕਿਉਂਕਿ ਹਰ ਚੀਜ਼ ਨਹੀਂ ਰਿਕਾਰਡ ਹੁੰਦੀ, ਅਤੇ ਉਹਨਾਂ ਦੀਆਂ ਸਿੱਖਿਆਵਾਂ ਕਰਕੇ ਹੌਂਸਲਾ ਮਿਲਦਾ, ਉਹਨਾਂ ਨੇ ਜੋ ਉਹਨਾਂ ਦੇ ਐਕਸਪੀਰੀਅੰਸ ਸ਼ੇਅਰ ਕਰਦੇ ਆ ਉਹਨਾਂ ਕਰਕੇ, ਅਤੇ ਤਜਰਬੇ ਆ ਜਿਹੜੇ ਬਾਬਾ ਜੀ ਨੂੰ, ਉਹਨਾਂ ਤੋਂ ਅਸੀਂ ਕੁਛ ਗੱਲਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਕੋਲ, ਅੱਜ ਉਹੀ ਗੱਲਾਂ ਕਰਾਂਗੇ। ਅਤੇ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ, ਜਿੱਦਾਂ ਨਾ ਮੈਂ ਪਿਛਲੇ ਕੁਝ ਕੁ ਸਮੇਂ ਤੋਂ ਨਾ ਸੁਣਦਾ ਆ ਰਿਹਾ ਹਾਂ ਕਿ ਜਿੱਦਾਂ ਪਹਿਲਾਂ ਘਰ ਕੱਚੇ ਹੁੰਦੇ ਸੀਗੇ, ਜਗ੍ਹਾ ਵੀ ਕੱਚੀਆਂ ਹੁੰਦੀਆਂ ਸੀਗੀਆਂ, ਅਤੇ ਹੁਣ ਮੈਂ ਜਿੱਦਾਂ ਸੁਣਨ ਨੂੰ ਮਿਲ ਰਿਹਾ ਮੈਨੂੰ ਕਿ ਵੀ ਉਹਨਾਂ ਕਰਕੇ ਹੁਣ ਜਿੱਦਾਂ ਘਰ ਪੱਕੇ ਹੋ ਗਏ, ਵਿਹੜ ਵੀ ਸਾਰੇ ਕਵਰ ਹੋ ਗਏ, ਪੱਕੇ ਕਰਨ ਲੱਗ ਪਏ, ਚਿਪਸ ਲੱਗ ਗਈਆਂ, ਠੀਕ ਹੈ ਜੀ, ਮਾਰਬਲ ਲੱਗ ਗਏ, ਅਤੇ ਉਹਨਾਂ ਕਰਕੇ ਪ੍ਰੋਬਲਮਸ ਹੋ ਰਹੀਆਂ। ਬਿਲਕੁਲ ਜੀ, ਬਿਲਕੁਲ। ਬੱਚਿਆਂ ਦੀ ਇਮਿਊਨਿਟੀ ਜਿਹੜੀ ਆ ਉਹ ਕਹਿੰਦੇ ਘੱਟ ਗਈ ਇਹਨਾਂ ਕਰਕੇ, ਕੱਚੇ ਕਰਕੇ, ਮਤਲਬ ਕਿ ਸਹੀ ਹੁੰਦਾ ਸੀ। ਤੁਸੀਂ ਇਸ ਗੱਲ 'ਤੇ ਮੈਨੂੰ ਚਾਨਣਾ ਪਾਓ ਕਿ ਕੀ ਤੁਸੀਂ ਦੇਖਦੇ ਇਸ ਚੀਜ਼ ਨੂੰ? ਬਿਲਕੁਲ ਸਹੀ ਹੈ ਜੀ ਇਹ। ਅੱਛਾ ਜੀ। ਜਿਵੇਂ ਜਦੋਂ ਅਸੀਂ ਛੋਟੇ ਹੁੰਦੇ ਸੀ, ਹਾਂਜੀ, ਤਾਂ ਖੇਤ 'ਚੋਂ ਖੇਤੀ ਕਰਦੇ ਅਸੀਂ, ਹਾਂਜੀ, ਮੂਲੀ ਪੱਟਣੀ ਉੱਦਾਂ ਹੀ ਪੂੰਝ ਪਾਂਝ ਕੇ ਖਾ ਲੈਣੀ ਜੀ ਜੀ ਜੀ। ਅੱਜ ਜਿਹੜੀਆਂ ਧੋਤੀਆਂ ਵੀ ਆਉਂਦੀਆਂ ਆ, ਹਾਂਜੀ, ਉਹਨਾਂ 'ਚ ਵੀ ਜ਼ਹਿਰ, ਉਹ ਤਾਂ ਜੀ ਸਪਰੇਆਂ ਕਰਨ ਲੱਗ ਪਏ, ਸਪਰੇਆਂ ਕਰਨ, ਹਾਂਜੀ, ਔਰ ਸਪਰੇਆਂ ਨਾਲ ਪਾਣੀ ਜਿਹੜਾ ਸੀ ਸਾਰਾ ਉਹ ਵੀ ਖਰਾਬ ਹੋਇਆ। ਹੁਣ ਤਾਂ ਇੱਥੋਂ ਤਾਂ ਹੀ ਆ ਵੀ ਡੰਗਰਾਂ ਦੇ ਦੁੱਧ 'ਚ ਯੂਰੀਆ ਆਉਂਦੇ ਆ, ਜਿੰਨਾ ਵੀ ਕੀਤਾ
ਪਲਾਸਟਿਕ ਹੀ ਆ। ਹਾਂਜੀ ਪਲਾਸਟਿਕ ਹੈਗੀ ਆ, ਹੁਣ ਮਾਂ ਦੇ ਦੁੱਧ ਚੋਣ ਡਈ, ਬੱਚੇ ਦੇ ਨਿਕਲ ਡਈ ਆ। ਇਹ ਪਲਾਸਟਿਕ ਬਾਰੇ ਬਾਬਾ ਜੀ ਮੈਂ ਇੱਕ ਗੱਲ ਸੁਣੀ ਸੀ ਕੁਝ ਦਿਨ ਪਹਿਲਾਂ ਹੀ, ਮੈਂ ਨਾ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਇਹੀ ਚੀਜ਼ ਆਈ ਕਿ ਬੰਦੇ ਦੇ ਬ੍ਰੇਨ ਵਿੱਚ ਵੀ ਪਲਾਸਟਿਕ ਦੇ ਮਾਈਕਰੋ ਪਾਰਟੀਕਲਸ ਚਲੇ ਗਏ। ਉਹ ਚਲੇ ਗਏ ਖੂਨ ਚ ਜੋ ਆ ਗਏ। ਹਾਂਜੀ ਖੂਨ ਨੇ ਬ੍ਰੇਨ ਚ ਜਾਣਾ, ਉੱਥੇ ਵੀ ਜਾਣੇ। ਹਾਂਜੀ ਕੁਛ ਕੁ ਮਤਲਬ ਕਿ ਉਹਨਾਂ ਦੀ ਕੁਆਂਟਿਟੀ ਵੱਧ ਰਹੀ ਆ ਪਿਛਲੇ ਕੁਛ ਕੁ 5-7-10 ਸਾਲਾਂ ਤੋਂ, ਉਹ ਕੁਆਂਟਿਟੀ ਹੁਣ ਜਦੋਂ ਸਟੱਡੀ ਕੀਤੀ ਗਈ ਕਹਿੰਦੇ ਵੱਧ ਰਹੀ ਆ। ਅਤੇ ਇੱਕ ਬੜਾ ਹੀ ਮਤਲਬ ਗੰਭੀਰ ਵਿਸ਼ਾ ਆ ਜਿਹੜੇ ਮਾਈਕਰੋ ਪਲਾਸਟਿਕ ਜਿਹੜੀ ਹੈਗੀ ਆ ਉਹ ਸਾਡੇ ਸਰੀਰ ਦੇ ਵਿੱਚ ਕਾਫੀ ਚਿਰ ਤੋਂ ਪ੍ਰਵੇਸ਼ ਕਰ ਰਹੀ ਆ ਅਤੇ ਉਹਦੀ ਕੁਆਂਟਿਟੀ ਵੱਧ ਰਹੀ ਆ ਅਤੇ ਕਾਫੀ ਮਾੜੇ ਨਤੀਜੇ ਦੇ ਭੁਗਤਣੇ ਪੈ ਸਕਦੇ ਆਉਣ ਵਾਲੇ ਸਾਲਾਂ ਦੇ ਵਿੱਚ। ਅਤੇ ਬਾਬਾ ਜਿੱਦਾਂ ਆਪਾਂ ਮਿੱਟੀ ਦੀ ਗੱਲ ਕਰ ਰਹੇ ਸੀ, ਫਰਸ਼ ਜਿਹੜੇ ਆ ਅੱਜ ਕੱਲ੍ਹ ਸਾਰੇ ਕਵਰ ਕਰ ਲਏ ਲੋਕਾਂ ਨੇ, ਕੱਚਾ ਰਿਹਾ ਨਹੀਂ, ਅਤੇ ਉਸ ਕੱਚੀ ਮਿੱਟੀ ਦਾ ਫਾਇਦਾ ਕੀ ਹੁੰਦਾ ਹੁੰਦਾ ਸੀ? ਉਹ ਅੱਗੇ ਬੱਚੇ ਖੇਡਦੇ ਸੀ, ਤੰਦਰੁਸਤ ਰਹਿੰਦੇ ਸੀ। ਹਾਂਜੀ ਹੁਣ ਕੋਈ ਮਿੱਟੀ 'ਚ ਖੇਡਦਾ ਵੀ ਨਹੀਂ, ਮਿੱਟੀ ਹੈ ਹੀ ਨਹੀਂ ਤਾਂ ਖੇਡਣਾ ਕਿੱਥੇ। ਜਦ ਫਰਸ਼ ਚਿਪਸ ਲੱਗ ਗਏ, ਪੱਕੀਆਂ ਕਰ ਲਈਆਂ ਜਗ੍ਹਾ ਸਾਰੀਆਂ। ਅੱਛਾ ਫਿਰ ਇਹ ਵੀ ਆ, ਹਾਂਜੀ ਹੁਣ ਇੱਕ ਬੱਚੇ ਨੂੰ ਲਾਉਣਾ ਖੇਲਣ, ਹਾਂਜੀ ਉਹਨੂੰ ਮੋਬਾਈਲ ਫੜਾ ਦਿਓ, ਉਹ ਤਾਂ ਇੱਕ ਬਿਮਾਰੀ ਟਾਈਮ ਨਗਾਈ ਜਾਊਗਾ। ਹਾਂਜੀ ਅੱਗੇ ਸੀਗਾ ਵੀ ਉਹ ਦੌੜਦਾ ਸੀ, ਖੁੱਦਦਾ ਸੀ, ਮਿੱਟੀ 'ਚ ਲਿਬੜਦਾ ਸੀ ਇੱਕ ਦੂਜੇ ਨਾਲ, ਅਸੀਂ ਰਾਤ ਅੱਧੀ ਅੱਧੀ ਰਾਤ ਤਾਈਂ ਹਾਂਜੀ ਇੱਕ ਦੂਜੇ ਦੇ ਮਗਰ ਦੌੜੇ ਫਿਰਨਾ। ਬਿਲਕੁਲ ਬਿਲਕੁਲ ਹੁਣ ਹੈ ਨਹੀਂ। ਹਾਂਜੀ ਆਪ ਜਿਹੜੇ ਝੌਂਪੜੀਆਂ 'ਚ ਰਹਿੰਦੇ ਆ। ਹਾਂਜੀ 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 ਅਸੀਂ ਟਮਾਟਰ ਤੋੜਨੇ ਸੀ, ਹਾਂਜੀ ਉਹਨਾਂ ਨੂੰ ਉਹ ਆਏ ਹੋਏ ਸੀ ਪਰਿਵਾਰ, ਹਾਂਜੀ ਉਹਨਾਂ ਦੇ ਨਾਲ ਬੱਚੇ ਆਏ ਹੋਏ ਸੀ, ਹਾਂਜੀ ਉਹਨਾਂ ਨੇ ਛਾਂਟੇ ਆ। ਅੱਛਾ ਜੀ ਆਪਣੀ ਵੱਲੋਂ ਤਾਂ ਗੰਦੇ ਹੀ ਸਿੱਟੇ ਆ। ਹਾਂਜੀ ਹਾਂਜੀ ਅਤੇ ਜਿਹੜੇ ਗੰਦੇ ਬਾਟ ਗਏ ਉਹ ਨਿਆਣੇ ਖਾਈ ਜਾਂਦੇ ਸੀ, ਉਹ ਬੜੇ ਸੋਹਣੇ ਦੇਖ ਲਓ। ਇਮਿਊਨਿਟੀ ਖਤਮ ਹੀ ਹੋ ਗਈ ਆ ਦੇਖ ਲਓ। ਇੱਕ ਮੈਂ ਆਪਣੇ ਸਾਰੇ ਵਿਊਸ ਨੂੰ ਦੇਖੋ ਇਹ ਕਹਿਣਾ ਵੀ ਚਾਹੁੰਦਾ, ਰਿਕੁਐਸਟ ਵੀ ਕਰਨਾ ਚਾਹੁੰਦਾ ਕਿ ਕੁਝ ਨਾ ਕੁਝ ਆਪਣੇ ਨਾ ਲਾਗੇ ਛਾਗੇ ਕੱਚੀ ਜਗ੍ਹਾ ਰੱਖੋ। ਮੈਂ ਰਿਕੁਐਸਟ ਕਰਦਾ ਸਾਰੇ ਵਿਊਸ ਨੂੰ, ਬੱਚਿਆਂ ਨੂੰ ਉੱਥੇ ਖਿਲਾਓ, ਪਾਰਕਾਂ ਦੇ ਵਿੱਚ ਭੇਜੋ ਚਾਹੇ ਲਾਗੇ ਛਾਗੇ ਜਿੱਥੇ ਕੱਚੀ ਜਗ੍ਹਾ ਹੋਵੇ ਨਾ, ਨੰਗੇ ਪੈਰੀ। ਸਭ ਤੋਂ ਵੱਡੀ ਗੱਲ ਹੈ ਜੀ ਨੰਗੇ ਪੈਰ, ਨੰਗੇ ਪੈਰ ਇਹ ਨਹੀਂ ਹੈਗਾ ਉੱਥੇ ਬੂਟ ਪਾ ਕੇ ਖੇਡਣ ਲੱਗ ਗਏ। ਪਾਰਕ ਵਿੱਚ ਹਾਂਜੀ ਘਾਹ ਲੱਗਾ ਆ ਤਾਂ ਉੱਥੇ ਸਪਰੇ ਨਾ ਹੋਈਓ। ਹਾਂ ਇਹ ਵੀ ਇੱਕ ਬਹੁਤ ਵੱਡੀ ਬਾਬਾ ਜੀ ਮੈਂ ਗੱਲ ਕਰਨੀ ਸੀਗੀ ਤੁਹਾਡੇ ਨਾਲ ਓਵਰ ਦਾ ਟਾਈਮ। ਆ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਮੈਂ ਅਬਜ਼ਰਵ ਕੀਤਾ, ਪਤਾ ਕੀ ਕਰਦੇ ਆ ਜੀ ਲੋਕ, ਉਹ ਘਾਹ ਉੱਗ ਗਿਆ ਜੀ ਕਹਿੰਦੇ, ਆਹ ਘਾਹ ਉੱਗ ਗਿਆ, ਮਜ਼ਦੂਰ ਲਗਾਉਂਦੇ ਆ, ਅੱਛਾ ਦੋ ਦਿਹਾੜੀਆਂ ਲੱਗ ਜਾਣੀਆਂ ਮਜ਼ਦੂਰ ਨੂੰ, ਅੱਛਾ ਜੀ ਕਿੰਨੇ ਪੈਸੇ ਦੇਣੇ ਪੈਣੇ ਉਹਨੂੰ, 500 ਦਿਹਾੜੀ, 1000 ਰੁਪਈਆ ਜੀ, ਠੀਕ ਹੈ ਜੀ, ਚਲੋ 4 ਲੱਗ ਜਾਣੇ ਜੀ ਮੰਨ ਲਓ, ਕਾਫੀ ਕਿੱਲਾ ਜਗ੍ਹਾ ਮੰਨ ਲਓ ਕਿ 4-5 ਦਿਹਾੜੀਆਂ ਲੱਗ ਜਾਣੀਆਂ ਜੀ ਦੋ ਮਜ਼ਦੂਰਾਂ ਦੀਆਂ, ਅਤੇ ਇੰਨੇ ਕੁ ਪੈਸੇ ਬਣ ਜਾਣੇ ਜੀ, ਹੈ ਨਾ 3-4 ਹਜ਼ਾਰ ਰੁਪਈਆ ਬਣ ਜਾਣਾ। ਉਹ ਯਾਰ 500,000 ਦੀ ਦਵਾਈ ਲਿਆਓ ਤਾਂ ਛਿੜਕੋ ਪਰੇ ਗੱਲ ਖਤਮ, ਬੰਦਾ ਲਓ ਠੀਕ ਹੈ ਜੀ 2 ਘੰਟੇ 'ਤੇ ਪੈਸੇ ਦਿਓ ਉਹਨੂੰ, ਜਿੰਨੇ ਕੁ ਲੈਂਦਾ ਉਹ 400-500 ਦੀ ਦਵਾਈ ਆਉਣੀ, 600 ਦੀ, ਇੰਨੇ ਕੁ ਦੀ ਆਉਂਦੀ ਹੈ ਨਾ, ਅਤੇ ਚਲੋ ਜੀ ਗੱਲ ਖਤਮ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਇਹਦੇ ਨਤੀਜੇ ਬਹੁਤ ਮਾੜੇ ਆ, ਇਹ ਤੁਹਾਡੀ ਫੂਡ ਚੇਨ 'ਚ ਚੱਲ ਜਾਣੀ ਦਵਾਈ, ਗਈ ਆ ਜੀ ਚਲੀ ਗਈ ਆ। ਕਦੋਂ ਦੀ ਤਾਂ ਕਰਦੇ ਆ, ਮੈਂ ਜਦੋਂ ਬਚਪਨ ਦਾ ਮੈਂ ਸੁਣਦਾ ਕਿਹੜੀ ਦਵਾਈ ਘਾਹ ਮਾਰਨ ਵਾਲੀ ਦਵਾਈ ਪਹਿਲਾਂ ਸੁਣਦੇ ਹੁੰਦੇ, ਫਿਰ ਕਹਿੰਦੇ ਜੀ ਰਾਊਂਡ ਅਪ ਆ ਜੀ ਪਤਾ ਲੱਗਣ ਲੱਗਾ ਸਾਨੂੰ, ਪਰ ਦੇਖ ਲਓ ਹਜੇ ਤੱਕ ਚੱਲਦੀ। ਮੈਂ ਸੁਣਿਆ ਸੀ ਬੈਨ ਆ ਬਾਬਾ ਜੀ, ਬੈਨ ਆ ਪਰ ਅਜੇ ਵੀ ਮਿਲਦੀ ਆ ਦੇਖ ਲਓ। ਆਪਾਂ ਖੁਦ ਆਪਣੇ ਪੈਰਾਂ 'ਤੇ ਘੁਲਾੜਾ ਮਾਰ ਰਹੇ ਹਾਂ ਦੇਖ ਲਓ। ਅੱਛਾ ਬਚਪਨ 'ਚ ਹਾਂਜੀ ਸਾਡੇ ਆਮ ਬਜ਼ੁਰਗ ਜਿਹੜੇ ਸੀ, ਹਾਂਜੀ ਕੋਈ ਚਲਾਣਾ ਕਰ ਗਿਆ 100 ਤੋਂ ਟੱਪਿਆ ਹੁੰਦਾ ਸੀ, ਹੁਣ 50 ਨਹੀਂ ਟੱਪਦੇ। ਇਹੀ ਤਾਂ ਗੱਲ ਹੈ ਜੀ, ਇਹੀ ਉਸ ਤੋਂ ਕਾਰਨ ਹੈਗਾ, ਖੁਰਾਕ ਦਾ ਵੀ ਆ, ਐਟਮੋਸਫੀਅਰ ਦਾ ਵੀ ਆ, ਆਲੇ ਦੁਆਲੇ ਵੀ ਜ਼ਹਿਰ ਦਾ, ਅਸੀਂ ਸਾਹ ਵੀ ਗੰਦਾ ਲੈਣ ਡਏ ਹਾਂ, ਪਾਣੀ ਵੀ ਗੰਦਾ ਪੀਣ ਡਏ ਹਾਂ। ਆਹ ਹੁਣ ਪਾਣੀ 'ਚ ਹੀ ਮੇਰਾ ਖਿਆਲ ਆ
350 ਫੁੱਟ ਤਾਂ ਸੈਰ ਚੱਲ ਗਈ ਆ। ਕਿਸੇ ਦੀ ਔਨਲਾਈਨ ਮੈਂ ਇੰਟਰਵਿਊ ਸੁਣੀ ਸੀ, ਉਹਦੇ ਵਿੱਚ ਉਹਨੇ ਜਿੱਦਾਂ ਦੱਸਿਆ ਸੀ ਕਿ 12,900 ਸਮਥਿੰਗ ਪਿੰਡ ਆ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚੋਂ 11,000 ਸਮਥਿੰਗ 500 ਸਮਥਿੰਗ ਇੱਦਾਂ, ਚਲੋ ਐਗਜੈਕਟ ਫਿਗਰ ਨਹੀਂ ਯਾਦ ਪਰ ਮੋਟੀ ਮੋਟੀ, ਕਿ ਉਹਨਾਂ ਪਿੰਡ 11,000 ਸਮਥਿੰਗ ਪਿੰਡਾਂ ਦਾ ਪਾਣੀ ਦਾ ਲੈਵਲ ਜਿਹੜਾ ਉਹ ਘੱਟ ਗਿਆ ਆ, ਗੰਧਲਾ ਹੋ ਗਿਆ ਆ। ਪਰ ਬਾਬਾ ਜੀ ਇਹ ਗੱਲ ਦੱਸੋ, ਇਹਦਾ ਹੱਲ ਕੀ ਆ? ਹੱਲ ਕੁਦਰਤ, ਕੋਈ ਹੱਲ ਵੱਲ ਜਾਂਦਾ ਹੀ ਨਹੀਂ। ਕੁਦਰਤ ਨਾਲ ਛੇੜਛਾੜ ਨਾ ਕਰੀਏ ਤੇ ਕਿੱਦਾਂ ਹਟ ਸਕਦੇ? ਪਰ ਸਾਡੀ ਅੱਜ ਸੋਚ ਇਹ ਆ, ਜਿੱਥੇ ਕੰਧ ਤੇ ਨੋ ਪਾਰਕਿੰਗ ਲਿਖਿਆ ਆ ਉੱਥੇ ਗੱਡੀ ਖੜੀ ਕਰਨੀ। ਬਾਬਾ ਜੀ ਸੋਜੀ ਕਿੱਥੋਂ ਆਊਗੀ? ਕੌਣ ਆਊਗਾ? ਮੈਨੂੰ ਮੁੰਡੋ ਇੱਦਾਂ ਲੱਗਦਾ ਜੀ ਭਈ ਸਾਨੂੰ ਆ ਮੋਬਾਈਲਾਂ ਨੇ ਵੀ ਤੰਗ ਕੀਤਾ ਬਚਪਨ 'ਚ ਬੱਚੇ ਨੂੰ, ਉਹ ਇਹਦੇ ਉੱਤੇ ਗੇਮਾਂ ਦੇਖਦਾ, ਇਹਦੇ ਉੱਤੇ ਸਾਰਾ ਕਰਦਾ, ਇੱਦਾਂ ਦੀ ਉਹ ਐਕਟਿੰਗ ਕਰਨ ਲੱਗ ਪੈਂਦਾ। ਉਹ ਠੀਕ ਆ ਪਰ ਗਿਆਨ ਵੀ ਤਾਂ ਬਹੁਤ ਪਿਆ ਨਾ ਉੱਥੇ, ਉਹ ਉੱਧਰ ਨੂੰ ਥੋੜ੍ਹਾ ਜਾਣਾ ਹੁਣ, ਸਹੀ ਗਿਆਨ ਵੱਲ ਨਹੀਂ ਜਾਣਾ। ਉਹ ਤਾਂ ਸਹੀ ਵਾਲੀ ਤਾਂ ਜੇ ਉਹਦੀ ਉਮਰ ਹੀ ਹੈ ਨਹੀਂ, ਉੱਥੋਂ ਹੀ ਫਿਰ ਸ਼ੁਰੂ ਤੋਂ ਹੀ ਜੇ ਉਹ ਬਣ ਗਿਆ ਰੁਚੀ ਉੱਧਰ ਨੂੰ ਹੋ ਗਈ। ਬਸ ਬਸ ਛੋਟਾ ਜਿਹਨੇ ਰੀਲਾਂ ਫਾਲਤੂ ਦੀਆਂ ਦੇ ਦਿਆ ਉਹ ਫਿਰ ਉੱਦਾਂ ਦੀ ਰੁਚੀ ਚੱਲਣੀ ਹੈ। ਨਹੀਂ ਉੱਦਾਂ ਹੀ ਮੋਟੇ ਤੌਰ 'ਤੇ ਦੇਖੋ, ਹਾਂਜੀ ਪੌਦਾ ਆ, ਹਾਂਜੀ ਜਦੋਂ ਛੋਟਾ ਹੁੰਦਾ, ਹਾਂਜੀ ਉਹਦੀ ਤੁਸੀਂ ਜਿੱਦਾਂ ਦੀ ਮਰਜ਼ੀ ਸ਼ੇਪ ਬਣਾ ਲਓ। ਰਾਈਟ ਰਾਈਟ ਰਾਈਟ। ਅਤੇ ਜਦੋਂ ਪੱਕ ਗਿਆ ਫਿਰ ਉਹ ਟੁੱਟ ਜਾਊਗਾ, ਉਹ ਸ਼ੇਪ ਨਹੀਂ ਬਦਲੂ, ਸ਼ੇਪ ਨਹੀਂ ਚੇਂਜ ਹੋਣੀ ਉਹਦੀ। ਇਹ ਪ੍ਰਭਾਵ ਹੈ ਜੀ। ਔਰ ਮੈਂ ਤਾਂ ਇਹ ਵੀ ਮਹਿਸੂਸ ਕਰਦਾ ਜਿਹੜਾ ਉਮਰ 'ਚ ਤੁਹਾਡੇ ਤੋਂ 1 ਸਾਲ ਛੋਟਾ ਆ, ਹਾਂਜੀ ਉਹ ਅਕਲ 'ਚ 2 ਸਾਲ ਵੱਡਾ ਆ। ਸਹੀ ਕਿਹਾ ਤੁਹਾਡੀ ਗੱਲ। ਸੂਰਜ ਜਦੋਂ ਅਸੀਂ ਬੱਚੇ ਸੀ ਉਦੋਂ ਵੀ ਇਹੀ ਚੜ੍ਹਦਾ ਸੀ, ਇਹੀ ਚੜ੍ਹਦਾ, ਇਹੀ ਰਾਤਾਂ ਪੈਂਦੀਆਂ ਸੀ, ਬਿਲਕੁਲ ਜੀ ਬਿਲਕੁਲ, ਇਹੀ ਦਿਨ ਚੜ੍ਹਦਾ ਸੀ, ਬਿਲਕੁਲ, ਬਿਜਲੀ ਹੈ ਨਹੀਂ ਸੀ, ਉਦੋਂ ਗਰਮੀ ਕਿਉਂ ਨਹੀਂ ਸੀ ਲੱਗਦੀ, ਉਦੋਂ ਸਰਦੀ ਕਿਉਂ ਨਹੀਂ ਸੀ ਲੱਗਦੀ, ਅੱਜ ਲੱਗਣ ਲੱਗ ਪਈ। ਏ ਸੀ ਲਾਏ ਆ, ਕਿੰਨੀ ਕਾਰਬਨ ਡਾਈਆਕਸਾਈਡ ਛੱਡਦੇ। ਰਾਈਟ ਰਾਈਟ ਰਾਈਟ, ਬਿਲਕੁਲ ਜੀ ਬਿਲਕੁਲ। ਦੇਖ ਲਓ ਮੈਂ ਵੀ ਤੁਹਾਡੀ ਇਹ ਗੱਲ, ਮੈਂ ਵੀ ਜਿੱਦਾਂ ਤੁਹਾਡੀ ਜਿਹੜੀ ਹੁਣ ਤੁਸੀਂ ਗੱਲ ਕਹੀ ਨਾ, ਇਹ ਮੈਂ ਵੀ ਸੋਚਦਾ ਹੁੰਦਾ ਸੀਗਾ ਜਾਂ ਹੁਣ ਵੀ ਸੋਚਦਾ ਹਾਂ ਕਿ ਕਿੱਥੇ ਮਤਲਬ ਇਹ ਫਰਕ ਆ ਗਿਆ। ਆਪਾਂ ਆਪਣੇ ਸਰੀਰ ਇਹਨਾਂ ਚੀਜ਼ਾਂ ਦੇ ਯੂਜ਼ ਟੂ ਕਰ ਲਏ ਆ, ਅਗਰ ਏ ਸੀ ਨਹੀਂ ਆਏ ਹੁੰਦੇ ਤਾਂ ਅੱਜ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ, ਉਹ ਸਾਡੀ ਬਣੀ ਰਹਿਣੀ ਸੀ। ਮੈਂ ਆਪਣੇ ਸਾਰੇ ਵਿਊਸ ਨੂੰ ਦੱਸਣਾ ਚਾਹੁੰਦਾ ਹਾਂ, ਜਿਵੇਂ ਬਾਬਾ ਜੀ ਆਹ ਤੁਸੀਂ ਮੇਰੇ ਪਿੱਛੇ ਖੁੱਲ੍ਹੀ ਜਗ੍ਹਾ ਦੇਖ ਸਕਦੇ ਹਾਂ, ਇੱਥੇ ਹੀ ਬਹਿੰਦੇ ਆ, ਇੱਕ ਪੱਖਾ ਲੱਗਾ ਆ, ਬੱਤੀ ਚੱਲ ਗਈ ਤਾਂ ਕੋਈ ਗੱਲ ਨਹੀਂ, ਉੱਥੇ ਹੀ ਬੈਠੇ ਆ। ਉਸ ਤੋਂ ਬਾਅਦ ਘਰ ਦੇ ਵਿੱਚ ਵੀ ਬਾਬਾ ਜੀ ਮੇਰੇ ਹਿਸਾਬ ਨਾਲ ਏ ਸੀ ਨਹੀਂ ਲੱਗਾ, ਕੂਲਰ, ਪੱਖਾ, ਪੱਖਾ ਤਾਂ ਹੋਣਾ ਹੀ ਆ। ਅਤੇ ਦੇਖੋ ਘਰ ਦੇ ਵਿੱਚ ਵੀ ਸਿਰਫ ਜਿੱਦਾਂ ਪੱਖਾ ਆ, ਅਤੇ ਹੁਣ ਬਾਬਾ ਜੀ ਵੀ ਯੂਜ਼ ਟੂ ਹੋ ਗਏ ਵਾ ਉਹਦੇ ਕਦੋਂ ਦੇ, ਅਤੇ ਪਰ ਜਿਹੜੇ ਏ ਸੀਆਂ ਦੇ ਯੂਜ਼ ਟੂ ਹੋ ਗਏ ਉਹ ਰਹਿ ਹੀ ਨਹੀਂ ਪਾਉਂਦੇ ਉਸ ਤੋਂ ਬਗੈਰ। ਹਾਂ ਫਿਰ ਅੰਦਾਜ਼ਾ ਲਾਓ ਤੁਸੀਂ ਇੱਕ ਏ ਸੀ ਕਿੰਨੀ ਕਾਰਬਨ ਡਾਈਆਕਸਾਈਡ ਛੱਡਦਾ ਹੈ। ਬਹੁਤ ਜੀ, ਇਹ ਤਾਂ ਤੁਹਾਡੀ ਗੱਲ ਸਹੀ ਹੈ ਬਿਲਕੁਲ। ਇਹ ਤਾਂ ਜੇ ਸਾਡੇ ਪਿੰਡ ਆ, ਜਿੱਦਾਂ ਆਪਾਂ ਪਿੰਡਾਂ 'ਚ ਰਹਿੰਦੇ ਹਾਂ ਤਾਂ ਏ ਸੀ ਠੀਕ ਆ, ਜਦੋਂ ਸ਼ਹਿਰਾਂ 'ਚ ਜਾਓ ਵੱਡੇ ਵੱਡੇ ਸ਼ਹਿਰਾਂ 'ਚ, ਦਿੱਲੀ ਵਰਗੇ ਸ਼ਹਿਰਾਂ 'ਚ, ਤਾਂ ਤੁਸੀਂ ਗਲੀਆਂ 'ਚੋਂ ਲੰਘਦੇ ਨਾ ਜਦੋਂ, ਜਿਹੜੀ ਬਾਹਰ ਗਰਮੀ ਹੁੰਦੀ ਮੰਨ ਲਓ 45 ਡਿਗਰੀ ਗਰਮੀ, 4 ਡਿਗਰੀ ਹੋਰ ਐਡ ਕਰ ਲਓ ਵਿੱਚ, ਮੰਨ ਲਓ ਇਕੱਠਾ ਏ ਸੀ ਇੰਨਾ ਚੱਲ ਰਿਹਾ ਹੁੰਦਾ ਗਲੀ 'ਚ, 20-25 ਏ ਸੀ ਇੱਕ ਗਲੀ ਦੇ ਵਿੱਚ ਜ਼ਿਆਦਾ ਹੀ, ਅਤੇ ਉੱਤੇ ਫਲੋਰ ਵਾਈਜ਼ ਫਲੋਰ ਉਹਨਾਂ 'ਤੇ ਏ ਸੀ ਵੱਖਰੇ। ਬਿਲਕੁਲ, ਮੈਨੂੰ ਇੱਦਾਂ ਲੱਗਦਾ ਜੀ ਭਈ ਪਾਪੂਲੇਸ਼ਨ ਨਹੀਂ ਵਧੀ, ਕੋਠੇ ਵੱਧ ਗਏ, ਕਮਰੇ ਵੱਧ ਗਏ। ਅੱਗੇ ਇੱਕ ਦਲਾਨ ਜੀ ਖੁੱਲ੍ਹਾ ਕਮਰਾ ਇੱਕ ਹੁੰਦਾ ਸੀ, ਹਾਂਜੀ ਹਾਂਜੀ, ਸਾਰਿਆਂ ਦੇ ਮੰਜੇ ਉੱਤੇ ਹੁੰਦੇ ਸੀ, ਅੱਜ ਪਰਿਵਾਰ ਹੀ ਆ, ਅੱਗੇ ਸਾਰਾ ਵਿਹੜਾ ਪਰਿਵਾਰ ਹੁੰਦਾ ਸੀ, ਹਾਂਜੀ, ਹੁਣ ਘਰ ਹੀ ਪਰਿਵਾਰ ਵਿਹੜਾ ਬਣਿਆ ਹੈ, ਆਪਣੇ ਆਪਣੇ ਕਮਰੇ 'ਚ ਕਿਸੇ ਦਾ ਕੋਈ ਪਤਾ ਨਹੀਂ, ਉਹ ਚਲੇ ਗਿਆ ਆ ਗਿਆ, ਕਿੱਥੇ ਗਿਆ ਕਿੱਥੇ ਨਹੀਂ ਗਿਆ।
ਨਹੀਂ ਨਹੀਂ ਇਹ 'ਚ ਤਾਂ ਕੋਈ ਸ਼ੱਕ ਨਹੀਂ ਬਾਬਾ ਜੀ, ਇਹ 'ਚ ਗੱਲ ਤੁਹਾਡੀ ਬਿਲਕੁਲ ਸਹੀ ਆ, ਇਹ ਬਹੁਤ ਫਰਕ ਆ ਗਿਆ ਬਹੁਤ। ਪਰ ਚਲੋ ਇਹਨਾਂ ਦਾ ਹੋ ਕੀ ਸਕਦਾ, ਹੱਲ ਕੀ ਆ? ਹੱਲ ਆਪਣੇ ਤਜਰਬੇ ਨਾਲ ਤੁਸੀਂ ਕੋਈ ਹੱਲ ਦੱਸੋ। ਹੱਲ ਤਾਂ ਇਹ ਹੈ ਜੀ, ਮਹਿਸੂਸ ਕਰੀਏ ਅਸੀਂ ਕਿਹੜੀ ਗੱਲ ਆ ਜਿਹੜੀ ਮੈਨੂੰ ਚੁੱਭਦੀ ਆ, ਉਹ ਗੱਲ ਮੈਂ ਤਾਂ ਨਹੀਂ ਕਿਸੇ ਨੂੰ ਕਰਦਾ। ਇਹਦਾ ਮਤਲਬ ਇਹ ਮਹਿਸੂਸ ਕਰ ਨਹੀਂ ਰਹੇ ਆਪਾਂ? ਜੇ ਮੈਨੂੰ ਆਪਣਾ ਦੁੱਖ ਲੱਗਦਾ ਤਾਂ ਮੈਂ ਕਿਸੇ ਨੂੰ ਵੀ ਕਿਉਂ ਦਵਾਂ? ਸਧਾਰਨ ਜੀ ਗੱਲ ਆ ਜੀ, ਪਠਾਨਕੋਟ ਨੂੰ ਗਿਆ ਮੈਂ, ਹਾਂਜੀ ਡਰਾਈਵਰ ਸੀ ਮੇਰੇ ਨਾਲ, ਹਾਂਜੀ ਇੱਥੇ ਦਸੂਏ ਜਾਮ ਲਗਾਇਆ ਸੀ, ਹਾਂਜੀ ਉਹ ਡਰਾਈਵਰ ਹੌਰਨ ਵੀ ਵਜਾਈ ਜਾਵੇ, ਉਹਨੂੰ ਗਾਲਾਂ ਵੀ ਮੋਹਰੇ ਕੱਢੇ, ਅੱਛਾ ਤੂੰ ਤੁਰਦਾ ਨਹੀਂ। ਮੈਂ ਹੀ ਉਹਨੂੰ ਕਿਹਾ ਕਿ ਉਹਨੂੰ ਸ਼ੌਕ ਆ ਕੋਈ ਵੀ ਉੱਥੇ ਖੜ੍ਹੇ ਹੋਣ ਦਾ, ਮੋਹਰੇ ਨਹੀਂ ਗੰਜਾਇਸ਼। ਚਲੋ ਉਸ ਵੇਲੇ ਉਹ ਜਾਮ ਖੁੱਲ੍ਹ ਗਿਆ, ਅਸੀਂ ਵੀ ਚਲੇ ਗਏ, ਗਾਹ ਮਾਨਸਰ ਗਏ, ਅਸੀਂ ਮੋਹਰੇ ਸੀਗੇ, ਅਸੀਂ ਮੋਹਰੇ ਅੜ ਗਏ, ਪਿੱਛੋਂ ਇੱਕ ਨੇ ਹੌਰਨ ਮਾਰਿਆ, ਉਹਨੂੰ ਗਾਲਾਂ ਕੱਢਣ ਲੱਗ ਪਿਆ। ਮੈਂ ਕਿਹਾ ਤੈਨੂੰ ਦਸੂਆ ਚੇਤਾ ਭੁੱਲ ਗਿਆ? ਇਹ ਗੱਲ ਤਾਂ ਤੁਹਾਡੀ ਸਹੀ ਹੈ ਬਿਲਕੁਲ, ਇੱਕ ਬੜੀ ਬਹੁਤ ਵੱਡੀ ਐਗਜ਼ਾਮਪਲ ਆ ਇਹ। ਅੱਛਾ ਫਿਰ ਤੁਸੀਂ ਆਮ ਦੇਖੋ ਦੁਕਾਨ 'ਤੇ, ਤੁਸੀਂ ਕਾਊਂਟਰ 'ਤੇ ਖੜ੍ਹੇ ਹੋ ਸੌਦਾ ਲੈਣ, ਹਾਂਜੀ ਹਾਂਜੀ ਮੈਂ ਪਿੱਛੋਂ ਉੱਤੋਂ ਦੀ ਬਾਂਹ ਕਰਕੇ ਕਹਿੰਦਾ ਪਹਿਲਾਂ ਮੈਨੂੰ ਤਾਂ। ਅੱਛਾ ਅੱਜ ਤੁਸੀਂ ਮੋਹਰੇ ਸੀ, ਮੈਂ ਉੱਤੋਂ ਦੀ ਲੈ ਲਿਆ, ਕੱਲ੍ਹ ਮੈਂ ਮੋਹਰੇ ਹਾਂ, ਤੁਸੀਂ ਉੱਤੋਂ ਦੀ ਆਏ, ਮੈਂ ਤੁਹਾਡੇ ਗਾਲ ਪੈਣਾ ਵੀ ਮੈਂ ਨਹੀਂ ਦੀਦਾ ਤੈਨੂੰ? ਉਹ ਮੈਨੂੰ ਪਹਿਲਾਂ ਚੇਤਾ ਭੁੱਲ ਗਿਆ, ਅਸੀਂ ਚੇਤਾ ਨਹੀਂ ਰੱਖਦੇ। ਬਹੁਤ ਵੱਡੇ ਇੱਕ ਇਹ ਫੈਕਟਰ ਹੈਗੇ ਆ, ਹੈ ਉਦਾਂ ਛੋਟੀਆਂ ਗੱਲਾਂ ਪਰ ਬਹੁਤ ਨਿੱਕੀਆਂ ਨਿੱਕੀਆਂ ਜੀ, ਬਹੁਤ ਪ੍ਰੈਕਟੀਕਲੀ ਨਹੀਂ ਕਰ ਪਾਉਂਦੇ ਆਪਾਂ ਇਹਨਾਂ ਚੀਜ਼ਾਂ ਨੂੰ। ਇਹਨਾਂ ਨੇ ਸਾਨੂੰ ਵਿਗਾੜਿਆ, ਇਹਨਾਂ ਨੇ ਵਿਗਾੜਿਆ, ਮਤਲਬ ਇੱਕ ਇੱਕ ਤਰੀਕੇ ਨਾਲ ਬਾਬਾ ਜੀ ਇਹ ਕਹਿ ਸਕਦੇ ਹਾਂ ਸਾਨੂੰ ਬੇਸਿਕ ਸਿੱਖਿਆ ਦੀ ਲੋੜ ਆ ਸਾਨੂੰ ਇਹ ਚੀਜ਼ ਬਾਬਾ ਜੀ। ਇਹਦਾ ਮਤਲਬ ਸਕੂਲਾਂ ਤੋਂ ਨਹੀਂ ਮਿਲ ਰਹੀ ਇਹ? ਹਾਂ ਘੱਟ ਰਿਹਾ ਹੈ ਨਾ, ਘੱਟ। ਅੱਛਾ ਇਹ ਬੜੇ ਵੱਡੇ ਫੈਕਟਰ ਆ, ਮੈਂ ਸਾਰੇ ਵਿਊਸ ਨੂੰ ਕਹਿਣਾ ਚਾਹੁੰਦਾ ਇਹਨਾਂ ਗੱਲਾਂ 'ਤੇ ਗੌਰ ਕਰਿਓ ਆਪਣੇ ਪਰਿਵਾਰ ਦੇ ਵਿੱਚ ਵੀ ਅਤੇ ਆਪਣੇ ਆਸ ਪਾਸ ਵੀ, ਅਤੇ ਮੈਨੂੰ ਜ਼ਰੂਰ ਕਮੈਂਟਸ ਵਿੱਚ ਦੱਸਿਓ ਕਿ ਇਸ ਤਰ੍ਹਾਂ ਤੁਸੀਂ ਕਿੰਨਾ ਕੁ ਅਬਜ਼ਰਵ ਕਰਦੇ ਆ। ਅੱਜ ਕੱਲ੍ਹ ਬੱਚਿਆਂ ਦੀ ਉਮਰ ਜਾਂ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਆ, ਮੈਂ ਜਿੱਦਾਂ 40 ਸਾਲ ਦਾ ਹਾਂ, ਮੈਂ ਦੇਖਿਆ ਵੀ 40 ਸਾਲ 'ਚ, 35 ਸਾਲ 'ਚ, 45-50 ਦੇ ਵਿੱਚ, 55-56, ਇੱਥੇ 60 ਕੁ ਤੱਕ ਬੰਦੇ ਨੂੰ ਬਹੁਤ ਪ੍ਰੋਬਲਮਸ ਹੋਣ ਲੱਗ ਪਈਆਂ। ਕੋਈ ਹਾਰਟ ਅਟੈਕ ਹੋ ਜਾਂਦਾ ਕਿਸੇ ਨੂੰ, ਕੋਈ ਕੁਛ ਪ੍ਰੋਬਲਮ ਹੋ ਜਾਂਦੀ ਹੈ। ਤੁਸੀਂ ਕੀ ਮਤਲਬ ਦੱਸਣਾ ਚਾਹੋਗੇ, ਕੀ ਸਲਾਹ ਦੇਣਾ ਚਾਹੋਗੇ, ਤੁਹਾਡਾ ਖਾਣ ਪਾਣ ਕਿੱਦਾਂ ਦਾ ਸੀ? ਕਿਉਂਕਿ ਅੱਜ ਕੱਲ੍ਹ ਨਾ ਬਾਬਾ ਜੀ ਇੱਕ ਬੜੀ ਵੱਡੀ ਗੱਲ ਮਤਲਬ ਨੈੱਟ 'ਤੇ ਮੈਂ ਦੇਖਦਾ ਹਾਂ, ਬੜੇ ਵੈਦ ਆ ਜੀ, ਬੜੇ ਵੈਦ ਆ। ਕੋਈ ਕਹਿੰਦਾ ਵੀ ਇਹ, ਕੋਈ ਤੁਹਾਨੂੰ ਡਾਇਟੀਸ਼ੀਅਨ ਆ ਵੈਦ ਆ, 2-2 ਘੰਟੇ ਬਾਅਦ ਖਾਓ, ਇੱਦਾਂ ਕਰੋ। ਕੋਈ ਕਹਿੰਦੇ ਵੀ ਨਹੀਂ ਤੁਸੀਂ ਖਾਣਾ ਆ ਤਾਂ ਸਿਰਫ 3 ਟਾਈਮ ਖਾਣਾ ਖਾਓ, ਠੀਕ ਆ, ਪੇਟ ਭਰ ਕੇ ਨਾ ਖਾਓ, ਇੱਦਾਂ ਕਰੋ, ਉੱਦਾਂ ਕਰੋ। ਬੰਦਾ ਮੇਰੇ ਹਿਸਾਬ ਨਾਲ ਨਾ ਕਨਫਿਊਜ਼ਡ ਆ ਸਾਰੇ, ਮਤਲਬ ਸੁਣਨ ਵਾਲੇ। ਦੱਸਣ ਵਾਲੇ ਚਲੋ ਆਪਣੇ ਹਿਸਾਬ ਨਾਲ ਦੱਸੀ ਜਾਂਦੇ ਆ, ਜਿਹੜੇ ਸੁਣਨ ਵਾਲੇ ਉਹ ਕਹਿੰਦੇ ਕਿਹਦਾ ਕਹਿਣਾ ਮੰਨੀਏ? ਕਿਉਂ ਜੀ ਕਿ ਵੀ ਆਪਾਂ ਕਿੱਦਾਂ ਖਾਈਏ, ਆਹ ਨਾ ਖਾਈਏ, ਸਵੇਰੇ ਫਰੂਟ ਖਾਈਏ, ਇਹ ਦੱਸੋ ਕੀ ਕਰਨਾ ਚਾਹੀਦਾ? ਸਾਡੇ ਸੁਭਾਅ ਹੋ ਗਿਆ ਜੀ ਕਮਰਸ਼ੀਅਲ, ਹਾਂਜੀ ਅਸੀਂ ਸੋਚਦੇ ਨਹੀਂ ਕੋਈ, ਹੁਣ ਹਰ ਇੱਕ ਮੋਬਾਈਲ ਆ, ਟੀਵੀ ਆ, ਸਭ ਕੁਛ ਹੈਗਾ, ਹਾਂਜੀ ਐਡ ਦੇ ਦਿੰਦੇ ਆ, ਹਾਂਜੀ ਉਹਦੇ ਵੱਲ ਅਸੀਂ ਫਾਇਦੇ ਨੁਕਸਾਨ ਨਾਲ ਨਹੀਂ ਦੇਖਦੇ, ਜੋ ਕੁਛ ਹੈਗਾ ਉਹਦਨ ਮਗਰ ਲੱਗ ਜਾਂਦੇ। ਮੇਰੇ ਹਿਸਾਬ ਨਾਲ ਇਹ ਆ, ਮੇਰਾ ਇਹ ਯਕੀਨ ਬਣਿਆ ਜੀ ਵੀ ਕੁਦਰਤ ਨੇ ਸਾਡੇ ਲਈ ਸਭ ਕੁਛ ਦਿੱਤਾ ਸੀ, ਬੈਲੈਂਸ ਦਿੱਤਾ ਸੀ, ਅਸੀਂ ਖਰਾਬ ਕਰ ਲਿਆ। ਕਦੀ ਕੋਈ ਆ ਖੁੱਲ੍ਹੇ ਪੰਛੀ ਫਿਰਦੇ ਆ, ਜਾਨਵਰ ਫਿਰਦੇ ਆ, ਕਦੀ ਇਹਨਾਂ ਨੂੰ ਵੀ ਹੋਇਆ ਬੀ ਪੀ ਆਈ,
ਜਾਂ ਕਦੀ ਸ਼ੂਗਰ ਹੋਈ ਹੋਵੇ ਕਿਤੇ ਦਵਾ ਲੈਣ ਜਾਂਦੇ? ਜੇ ਇਹਨਾਂ ਦਾ ਵੀ ਡਾਕਟਰ ਹੁੰਦਾ ਤਾਂ ਹੋ ਜਾਣਾ ਹੀ ਸਭ ਕੁਛ, ਕਿਉਂ ਜੀ? ਜੇ ਇਹਨਾਂ 'ਚ ਵੀ ਇੱਕ ਕਲੀਨਿਕ ਖੋਲ੍ਹ ਕੇ ਬਹਿ ਜਾਂਦਾ ਹੋ ਜਾਣਾ ਹੀ ਸਭ ਕੁਛ ਉਹਨਾਂ ਨੂੰ ਵੀ। ਚਲੋ ਇਹ ਤਾਂ ਇੱਕ ਮਜ਼ਾਕ ਵਾਲੀ ਗੱਲ ਹੋ ਗਈ, ਪਰ ਇਹ ਗੱਲ ਤੁਹਾਡੀ ਸਹੀ ਆ ਉੱਦਾਂ, ਅਤੇ ਇਹ ਇੱਕ ਬੜਾ ਵੱਡਾ ਇਹ ਵੀ ਫੈਕਟਰ ਆ ਜਿਹੜਾ ਤੁਸੀਂ ਦੱਸਿਆ, ਅਤੇ ਇਹਦਾ ਮਤਲਬ ਇਹ ਹੁਣ ਸਾਨੂੰ ਮਤਲਬ ਕੀ ਕਰਨਾ ਕੀ ਚਾਹੀਦਾ? ਜਿਹੜਾ ਮੇਰੀ ਗੱਲ ਦਾ ਮੈਂ ਇਹ ਸੁਣਨਾ ਚਾਹੁੰਦਾ ਵੀ ਕਿਹਦੇ ਵੱਲ ਤੌਰ 'ਤੇ ਧਿਆਨ ਦੇਈਏ ਜੀ? ਇੰਨਾ ਹੀ ਇਲਾਜ ਲੱਗਦਾ, ਹਾਂਜੀ, ਵੀ ਜਿਹੜੀ ਕੋਈ ਤੁਹਾਨੂੰ ਗੱਲ ਕਿਸੇ ਦੀ ਕਹੀ ਚੁੱਭੀ ਆ, ਹਾਂਜੀ, ਜਾਂ ਕੋਈ ਐਕਸ਼ਨ ਚੁੱਭਿਆ, ਹਾਂਜੀ, ਉਹ ਤੁਸੀਂ ਹਟਾਓ, ਨਾ ਦੇਖੋ ਉਹਨੂੰ, ਆਪਣੇ 'ਚ ਦੇਖੋ। ਨਹੀਂ ਮੈਂ ਮੇਰੀ ਜਿਹੜੀ ਗੱਲ ਸੀ ਨਾ, ਜਿੱਦਾਂ ਤੁਹਾਡੀ ਸਾਰੀ ਏਜ ਆ ਜਿਹੜੀ, ਮਤਲਬ ਤੁਹਾਡੀ ਸਾਰੀ ਜਿਹੜੀ ਉਮਰ ਆ ਵਧੀਆ ਨਿਕਲੀ ਹੁਣ ਤੱਕ, ਠੀਕ ਆ ਜੀ, ਤੰਦਰੁਸਤ ਰਹੇ ਤੁਸੀਂ, ਠੀਕ ਆ, ਮਾੜਾ ਮੋਟਾ ਨਿੱਕਾ ਮੋਟਾ ਬੁਖਾਰ ਚੜਿਆ ਉਹ ਪਤਾ ਨਹੀਂ ਮੈਨੂੰ, ਜਿੱਦਾਂ ਵੀ ਆ ਤੁਹਾਨੂੰ ਪਤਾ, ਤੁਹਾਨੂੰ ਕਦੀ ਜ਼ਿਆਦਾ ਬੁਖਾਰ ਹੋਇਆ ਜਾਂ ਕੁਛ ਹੋਇਆ? ਕੁਛ ਨਹੀਂ। ਦੇਖੋ ਬਾਬਾ ਜੀ ਕਦੀ ਬਿਮਾਰ ਵੀ ਨਹੀਂ ਹੋਏ, ਠੀਕ ਆ, ਇੰਨੇ 84-85 ਸਾਲ ਦੇ, ਜਿਹੜਾ ਪੂਰਾ ਬਚਪਨ ਤੋਂ ਲੈ ਕੇ 84-85 ਸਾਲ ਦੀ ਉਮਰ ਹੋ ਗਈ ਅਤੇ ਕਦੀ ਬਿਮਾਰ ਨਹੀਂ ਹੋਏ, ਅਤੇ ਉਹੀ ਜਾਣਨਾ ਚਾਹੁੰਦੇ ਸੀ ਕਿ ਬਾਬਾ ਜੀ ਤੁਸੀਂ ਕੀ ਖਾਂਦੇ ਰਹੇ ਆ ਅਤੇ ਹੋਰਾਂ ਨੂੰ ਕੀ ਸੁਜੈਸਟ ਕਰਨਾ ਚਾਹੁੰਦੇ ਆ? ਖਾਣ ਤਾਂ ਸਾਡਾ ਇਹ ਸੀ ਜੀ, ਹਾਂਜੀ, ਆ ਖੇਤੀ ਅਸੀਂ ਬਾਅਦ 'ਚ ਕੀਤੀ ਆ, ਬਜ਼ੁਰਗ ਇਕੱਲੇ ਸੀ। ਅੱਛਾ ਜੀ। ਸਾਡੇ ਦਾਣੇ ਮੁੱਕੇ ਰਹਿੰਦੇ ਸੀ। ਅੱਛਾ। ਹਾੜੀ ਤੋਂ ਪਹਿਲਾਂ ਸਾਉਣੀ ਮੁੱਕ ਜਾਣੀ, ਸਾਉਣੀ ਤੋਂ ਪਹਿਲਾਂ ਹਾੜੀ ਮੁੱਕ। ਅੱਛਾ ਜੀ। ਅਤੇ ਉਹ ਹੁਣ ਉਹਨਾਂ ਤਾਂ ਕਰਨਾ ਹੀ ਆ ਵੀ ਬੱਚਿਆਂ ਨੂੰ, ਅਸੀਂ ਦੋ ਭਾਈ ਸੀਗੇ, ਤਿੰਨ ਸਾਡੀਆਂ ਭੈਣਾਂ ਸੀ। ਅੱਛਾ ਜੀ। ਅਤੇ ਉਹ ਜਿੱਦਾਂ ਦਾ ਮਿਲਿਆ ਖਾ ਲੈਣਾ, ਸਾਗ ਖਾਣਾ, ਹੁਣ ਸਾਗ 'ਚ ਸਪਰੇ ਕੀਤੀ। ਨਹੀਂ ਹੁਣ ਤਾਂ ਚਲੋ ਮੈਂ ਗੱਲ ਤੁਹਾਡੀ ਸਹੀ ਆ ਬਿਲਕੁਲ, ਤੁਹਾਡਾ ਇੱਦਾਂ ਸੀ ਜੋ ਮਿਲਿਆ ਖਾ ਲੈਣਾ, ਠੀਕ ਆ ਜੀ, ਤੇ ਹੁਣ ਤਾਂ ਹੀ ਉਹਨਾਂ ਸੀ। ਹਾਂ, ਤੇ ਖਾਣਾ ਕਿੰਨਾ? ਖਾਣਾ ਮੇਰੀ ਤਾਂ ਹੁਣ ਵੀ ਇੱਦਾਂ ਹੀ ਆ ਜੀ। ਕਿੱਦਾਂ ਜੀ? ਕਿਸੇ ਚੀਜ਼ ਦੀ ਐਕਸੈਸ ਨਹੀਂ ਕਰਦੀ। ਅੱਛਾ ਜੀ, ਠੀਕ ਆ, ਠੀਕ ਆ। ਸਵਾਦ ਵੀ ਲੱਗਦੀ ਆ ਤਾਂ ਵੱਧ ਨਾ ਖਾਓ। ਅੱਛਾ। ਮੇਰੀ ਇਸ ਆਪਣੀ ਆ। ਅੱਛਾ ਜੀ। ਕਿਸੇ ਦੇ ਫਿੱਟ ਆ, ਕਿਸੇ ਦੇ ਨਹੀਂ ਹੋ ਸਕਦਾ। ਹਾਂ, ਠੀਕ ਆ, ਠੀਕ ਆ। ਤੇ ਇਸ ਤਰ੍ਹਾਂ ਨਾਲ ਮਤਲਬ ਕਿ ਤੁਸੀਂ ਆਪਣਾ ਜੀਵਨ ਬਤੀਤ ਕੀਤਾ ਹੁਣ ਤੱਕ 84-85 ਸਾਲ ਦੀ ਉਮਰ ਤੱਕ, ਚਲੋ ਬੜੀ ਵੱਡੀ ਗੱਲ ਆ। ਤੇ ਹੱਥੀਂ ਕੰਮ ਕਿੰਨਾ ਕੀਤਾ? ਮੈਂ ਕਰਦਾ ਨਹੀਂ ਜਿੰਨਾ ਹੋ ਸਕਦਾ। ਅੱਛਾ। ਅਜੇ ਵੀ ਕਰਦਾ। ਅੱਛਾ ਜੀ। ਪਰ ਹੁਣ ਮੌਜ ਨਾਲ ਕਰਦਾ, ਉਦਾਂ ਨਹੀਂ ਕਰਦਾ। ਅੱਛਾ। ਨਹੀਂ ਚਲੋ, ਅੱਗੇ ਤਾਂ ਜ਼ਿੰਮੇਵਾਰੀ ਨਾਲ ਕਰਦਾ ਸੀ। ਵਧੀਆ। ਜਿਹੜੀ ਜਨਰੇਸ਼ਨ ਅੱਜ ਕੱਲ੍ਹ ਦੀ, ਉਹਨੂੰ ਕੀ ਸਲਾਹ ਕੀ ਦੇਣਾ ਚਾਹੋਗੇ ਤੁਸੀਂ, ਕੀ ਕਹਿਣਾ ਚਾਹੋਗੇ? ਸਲਾਹ ਇਹ ਕਹਿੰਦਾ ਜੀ ਵੀ ਜਿਹੜੀ ਤੁਹਾਨੂੰ ਕਿਸੇ ਦੀ ਕਹੀ ਚੁੱਭਦੀ ਆ, ਹਾਂਜੀ, ਉਹ ਤੁਸੀਂ ਉਹਨੂੰ ਨਾ ਕਰੋ। ਅੱਛਾ। ਅਤੇ ਖਾਣ ਪੀਣ 'ਚ? ਖਾਣ ਪੀਣ ਨੂੰ ਕੋਸ਼ਿਸ਼ ਕਰੋ, ਆ ਜਿਹੜੀਆਂ ਸਪਰੇਆਂ ਇਹਨਾਂ ਨੂੰ ਘੱਟ ਕਰੋ। ਦੇਸੀ ਇਲਾਜ ਹੈਗੇ ਆ ਜੀ, ਹਾਂਜੀ, ਇਹਨਾਂ ਨੂੰ ਸਪਰੇ ਕਰਨ ਲਈ, ਕੀੜੀਆਂ ਮਾਰਨ ਲਈ, ਹਾਂਜੀ, ਹਲਦੀ ਹੈਗੀ ਆ, ਹਿੰਗ ਹੈਗੀ ਆ। ਬਾਬਾ ਜੀ ਕਹਿੰਦੇ ਕੰਮ ਹੀ ਨਹੀਂ ਕਰਦੀਆਂ? ਇਹ ਵੀ ਹੁਣ ਇਹਨਾਂ ਨੂੰ ਜੋ ਪਈ ਹੋਈ ਆ, ਹਾਂਜੀ, ਇਹਨਾਂ ਨੂੰ ਵੀ ਤਾਂ ਦਵਾ ਪਈ ਆ। ਹਾਂ, ਮੈਂ ਕਿਸੇ ਨਾਲ ਗੱਲ ਕਰਦਾ ਸੀਗਾ, ਮੈਂ ਕਿਹਾ ਤੁਸੀਂ ਕਿਉਂ ਸਪਰੇ ਕਰਦੇ ਆ? ਕਹਿੰਦੇ ਇਹ ਤੋਂ ਬਿਨਾਂ ਸਬਜ਼ੀਆਂ ਹੁੰਦੀਆਂ ਹੀ ਨਹੀਂ, ਇਹ ਤੋਂ ਬਿਨਾਂ ਆ ਨਹੀਂ ਹੁੰਦਾ। ਨਸ਼ਾ ਲੱਗ ਗਿਆ, ਜ਼ਮੀਨ ਸਾਡੀ ਨਿਛੇੜੀ ਹੋ ਗਈ ਆ। ਜਿੱਦਾਂ ਫੰਗਸ ਦੀਆਂ ਦਵਾਈਆਂ ਪਾਉਂਦੇ ਜੀ, ਹਾਂ, ਉਹ ਕਹਿੰਦੇ ਨਹੀਂ ਇਹ ਪਾਉਣੀ ਹੀ ਪੈਣੀ ਆ ਜੀ ਫੰਗਸ ਦੀ, ਹੋਣਾ ਹੀ ਨਹੀਂ। ਮੈਂ ਆਪਣੇ ਹਟਾਈ ਆ ਫੰਗਸ। ਅੱਛਾ ਜੀ। ਪਾਣੀ ਦਾ ਸਪਰੇ ਮਾਰਦਾ ਰਿਹਾ ਪਾਣੀ ਦੇ। ਹਾਂ। ਅੱਛਾ ਜੀ। ਪਹਿਲਾਂ ਵਿੱਚ ਪਾਈ ਸੀ, ਉਹਦੇ ਥੋੜ੍ਹੀ ਜਿਹੀ ਹਲਦੀ ਪਾ ਲਈ। ਅੱਛਾ ਜੀ। ਹਲਦੀ ਕਿੱਦਾਂ ਪਾਈ ਜੀ ਵਿੱਚ? ਆਮ ਜਿਹੜੀ ਪੀਸੀ ਹਲਦੀ ਘੋਲ ਕੇ, ਪਾਊਡਰ ਘੋਲ ਕੇ। ਅੱਛਾ। ਹਾਂ। ਦੂਜੇ ਤੀਜੇ ਦਿਨ ਮੈਂ ਮਾਰਦਾ ਰਿਹਾ ਸਪਰੇ ਨਾਲ, ਉਹ ਚੜ ਜਾਂਦੇ ਸੀ, ਫੜ ਗਈ। ਦੇਖੋ ਜੀ, ਮੈਂ ਆਪਣੇ ਸਾਰੇ ਵਿਊਸ ਨੂੰ ਦੱਸਣਾ ਚਾਹੁੰਦਾ, ਪਹਿਲਾਂ ਵੀ ਬਾਬਾ ਜੀ ਨਾਲ ਗੱਲ ਹੋਈ ਸੀ, ਆ ਹਲਦੀ ਵਾਲੀ ਗੱਲ ਨਹੀਂ ਬਾਬਾ ਜੀ ਨਾਲ ਹੋਈ, ਇਹ ਨਵੀਂ ਗੱਲ ਪਤਾ ਲੱਗੀ ਹਲਦੀ ਵਾਲੀ। ਅਤੇ ਜਿਵੇਂ ਮੈਨੂੰ ਰਣਜੋਤ ਭਰਾ ਜੀ ਨੇ ਅਤੇ ਬਾਬਾ ਜੀ ਨੇ ਵੀ ਦੱਸਿਆ ਸੀ ਪਹਿਲਾਂ ਕਿ
ਨਿੰਮ ਦੇ ਪੱਤੇ ਲਓ, ਨਿੰਮ ਦੇ ਪੱਤਿਆਂ ਦਾ ਤੁਸੀਂ ਇੱਕ ਤਰ੍ਹਾਂ ਨਾਲ ਕਾੜਾ ਬਣਾ ਲਓ, ਫਿਰ ਉਹਦੀ ਸਪਰੇ ਕਰੋ, ਉਹਦੇ ਵਿੱਚ ਤੁਸੀਂ ਕਹਿੰਦੇ ਕਨੇਰ ਵੀ ਪਾ ਲਓ ਬਾਬਾ ਜੀ, ਕਹਿੰਦੇ ਕਨੇਰ ਦੇ ਪੱਤੇ ਉਹ ਵੀ ਕਹਿੰਦੇ ਬੜੇ ਵਧੀਆ ਹੁੰਦੇ ਆ। ਧਤੂਰਾ, ਹਾਂਜੀ, ਰਿੰਡ। ਤੇ ਬਾਬਾ ਜੀ ਇਹਦੇ ਵੱਲ ਲੋਕੀ ਨਹੀਂ ਜਾ ਰਹੇ, ਜੇ ਉਹਨਾਂ ਨਾਲ ਗੱਲ ਕਰੋ। ਉਹ ਐਡਾ ਨਾ ਫਸਿਓ ਨਾ। ਹਾਂ, ਤੇ ਅੱਜ ਅਸੀਂ ਘਰ ਦੀ ਉਗੀ ਕੁਹਾਰ ਨਹੀਂ ਵਰਤਦੇ ਜੀ, ਐਲੋਵੇਰਾ ਜੈਲ ਲਿਆਉਂਦੇ ਆ ਸ਼ਹਿਰੋਂ, ਸੋਹਣਾ ਲੈਵਲ ਲੱਗਾ ਬੋਤਲ ਤੇ। ਨਹੀਂ, ਇਹ ਤਾਂ ਤੁਹਾਡੀ ਗੱਲ 100% ਸਹੀ ਆ, ਇਹ ਤੁਸੀਂ ਮੈਨੂੰ ਪਹਿਲਾਂ ਵੀ ਗੱਲ ਦੱਸੀ ਸੀਗੀ ਇਹ ਚੀਜ਼, ਮਤਲਬ ਆਪਣੀ ਇਸ ਚੀਜ਼ 'ਤੇ ਗੱਲ ਹੋਈ ਸੀ ਇਹ ਵਾਰੀ। ਅਤੇ ਜਿੱਦਾਂ ਨਾ ਸਪਰੇ ਬੜੀ ਛੇਤੀ ਕਰਨ ਵੱਲ ਜਾਂਦੇ ਹਾਂ ਆਪਾਂ, ਹਾਂਜੀ ਹਾਂਜੀ, ਪਰ ਆਹ ਨੈਚੁਰਲ ਚੀਜ਼ਾਂ ਦੀ ਸਪਰੇ ਜਿਹੜੀ ਜਦੋਂ ਵੀ ਕਰਦੇ ਆ ਨਾ, ਕਹਿੰਦੇ ਨਹੀਂ ਫਰਕ ਪਿਆ ਇੰਨਾ। ਮੈਂ ਪੁੱਛਿਆ ਵੀ ਤੁਸੀਂ ਮਤਲਬ ਇੰਨੀ ਜਲਦੀ ਹਾਰ ਮੰਨ ਲੈਂਦੇ ਲੋਕ, ਜ਼ਿਆਦਾ ਮਿਹਨਤ ਕਰਨਾ ਨਹੀਂ ਚਾਹੁੰਦੇ ਜ਼ਿਆਦਾ? ਹਾਰ ਨਹੀਂ ਮੰਨਣੀ ਚਾਹੀਦੀ, ਸ਼ੁੱਡ ਬੀ ਪੋਜ਼ਿਟਿਵ। ਮਿਹਨਤ ਮੰਗਦੀ ਆ ਜੀ ਇਹ ਚੀਜ਼, ਜਿਹੜੀਆਂ ਨੈਚੁਰਲ ਚੀਜ਼ਾਂ ਨਾਲ ਤੁਸੀਂ ਕੀੜ ਮਾ। ਹਾਂਜੀ, ਮਿਹਨਤ ਦੀ ਗੱਲ ਕੀਤੀ ਆ ਜੀ। ਹਾਂਜੀ, ਇਹ ਸਾਡਾ ਇਹ ਸਾਰਾ ਜੰਗਲ ਹੀ ਹੁੰਦਾ ਸੀ। ਹਾਂਜੀ, ਚਾਰ ਕ ਇੱਕ ਕਿੱਲੇ 'ਚ ਤਿੰਨ ਮਲੇ ਸੀ ਜਿਹੜੇ ਘੱਟੋ ਘੱਟ ਕਨਾਲ ਕਨਾਲ ਦੇ ਸੀ। ਅੱਛਾ ਜੀ, ਅਤੇ ਅੱਗੇ ਉਹ ਰਾਹ ਨਹੀਂ ਹੁੰਦਾ ਸੀ, ਅਗਲਿਆਂ ਖੇਤਾਂ ਵਾਲੇ ਸਾਡੇ ਖੇਤ ਦੇ ਵਿੱਚ ਹੀ ਲੰਘਦੇ ਸੀ। ਅੱਛਾ ਜੀ, ਅਤੇ ਮੈਂ ਅਸੀਂ ਬਜ਼ੁਰਗਾਂ ਨੇ ਕੀਤਾ, ਅਸੀਂ ਜਦੋਂ ਜ਼ਰਾ ਮਚੋਰ ਹੋਏ ਤਾਂ ਖੇਤੀ ਕੀਤੀ। ਹਾਂਜੀ, ਤਾਂ ਮੈਂ ਮਲੇ ਪੱਟਣੇ ਸ਼ੁਰੂ ਕੀਤੇ। ਅੱਛਾ, ਪਹਿਲਾਂ ਤਾਂ ਉਹਨਾਂ ਨੂੰ ਵਾਹਿਆ। ਹਾਂਜੀ, ਉੱਤੋਂ ਜਿੰਨੇ ਪੱਟ ਹੋ ਗਏ ਪੱਟ ਹੋ ਗਿਆ। ਹਾਂਜੀ, ਬਾਕੀ ਚੁਗ ਲਏ, ਫਿਰ ਜਿਹੜੇ ਉੱਗੇ ਉਹਨਾਂ ਨੂੰ ਮੈਂ ਰੰਬੇ ਨਾਲ ਪੜਦਾ ਸੀ। ਓਕੇ, ਇੱਥੋਂ ਦੀ ਇੱਕ ਬਜ਼ੁਰਗ ਸੀ, ਹੁਣ ਤਾਂ ਚਲਾਣਾ ਕਰ ਗਿਆ। ਹਾਂਜੀ, ਉਹ ਹਰ ਵਾਰੀ ਮੈਨੂੰ ਕਹਿੰਦਾ ਹੁੰਦਾ ਸੀ ਵੀ ਇਹ ਮੁੱਕਦੇ ਨਹੀਂ ਹੁੰਦੇ। ਅੱਛਾ ਜੀ, ਅਤੇ ਮੇਰੇ ਹੁਣ ਕਈ ਵਾਰੀ ਮਨ 'ਚ ਆਉਂਦਾ ਵੀ ਅੱਜ ਹੁੰਦਾ ਤਾਂ ਉਹਨੂੰ ਪੁੱਛਦਾ ਵੀ ਉਹ ਮਲੇ ਕਿੱਥੇ ਆ। ਦੇਖੋ ਬਾਬਾ ਜੀ, ਇੱਕ ਗੱਲ ਮੈਂ ਦੇਖੀ ਅੱਜ ਤੱਕ, ਹਰ ਬੰਦੇ ਦਾ ਆਪਣਾ ਐਕਸਪੀਰੀਅੰਸ ਆ, ਠੀਕ ਆ ਜੀ, ਅਤੇ ਮੈਂ ਇਹ ਸੋਚਿਆ ਵੀ ਕਿਸੇ ਦੇ ਐਕਸਪੀਰੀਅੰਸ ਨੂੰ ਮੈਂ ਸੱਚ ਕਿਉਂ ਮੰਨ ਲਵਾਂ ਇੱਕਦਮ, ਜਦ ਤੱਕ ਮੈਂ ਆਪ ਨਾ ਐਕਸਪੀਰੀਅੰਸ ਕਰਕੇ ਦੇਖਾਂ। ਕਿਉਂ ਜੀ? ਹਾਂ, ਇਹ ਨਹੀਂ ਮੈਂ ਇਹ ਚੀਜ਼ ਨੂੰ ਨਹੀਂ ਮੈਂ ਨਕਾਰਦਾ ਕਿ ਕੁਝ ਕੁ ਐਕਸਪੀਰੀਅੰਸ ਤੁਹਾਡੇ ਨਹੀਂ ਹੁੰਦੇ, ਤੁਹਾਡੇ ਬਜ਼ੁਰਗਾਂ ਦੇ ਵੀ ਹੁੰਦੇ ਆ, ਉਹ ਮਤਲਬ ਕਿ ਪੱਕ ਗਏ ਹੁੰਦੇ ਐਕਸਪੀਰੀਅੰਸ ਕਿ ਵੀ ਹਾਂ ਜੀ ਇਹ ਹੀ ਹੋਣਾ ਆ, ਠੀਕ ਆ। ਕੁਛ ਕੁ ਤੁਸੀਂ ਪਹਿਲੀ ਵਾਰੀ ਕੀਤਾ, ਤੁਸੀਂ ਕਾਮਯਾਬ ਨਹੀਂ ਹੋਏ ਤਾਂ ਤੁਸੀਂ ਮੈਨੂੰ ਕਹੋਗੇ ਉਹ ਕਾਕਾ ਇਹ ਨਹੀਂ ਹੋਣਾ, ਇਹ ਨਹੀਂ ਹੋਣਾ, ਅਤੇ ਮੇਰਾ ਤਾਂ ਅੱਧਾ ਹੋ ਗਿਆ ਜੇ ਤਾਂ ਮੈਂ ਹਾਰ ਮੰਨਣ ਵਾਲਾ ਹੋ ਗਿਆ। ਠੀਕ ਆ ਜੀ, ਨਹੀਂ ਐਪਰੀਸ਼ੀਏਟ ਨਹੀਂ ਕਰਦੇ ਜੀ, ਹੋਰ ਕਰ, ਕਰੋ ਕੀ ਪਤਾ ਮੇਰੀ ਆਪ ਬੀਤੀ ਆ। ਹਾਂਜੀ, ਸਿਆਲ ਸਿਗਾ ਸੀ, ਮੂੰਗਫਲੀ ਬੀਜਦੇ ਸੀ, ਰੇਤਾ ਬੜੀ ਸੀ ਇੱਥੇ। ਹਾਂਜੀ, ਅਤੇ ਉਹ ਰਾਤ ਨੂੰ ਕੁੱਤੇ ਤਾਂ ਗਿੱਦੜ ਫੜੇ ਹੁੰਦੇ ਸੀ ਖਾਣ। ਅੱਛਾ ਜੀ, ਅਤੇ ਉਹ ਇਕੱਠੀ ਕੀਤੀ ਸੀ, ਧੁੱਪ ਲੱਗਦੀ ਸੀ, ਸਵੇਰ ਨੂੰ ਝਾੜਨੀ ਹੁੰਦੀ। ਹਾਂਜੀ, ਮੇਰੇ ਨਾਨਾ ਜੀ ਆਏ ਹੋਏ ਸੀ। ਅੱਛਾ ਜੀ, ਉਹ ਉਦੋਂ 110 ਸਾਲ ਦੇ ਸੀ। ਅੱਛਾ ਜੀ, ਬੁੱਲੇ ਬੁੱਲੇ ਜਿਸ ਦਿਨ ਸਾਡੇ ਕੋਲ ਆਏ। ਅੱਛਾ ਜੀ, ਇਹਨੇ 100 ਤੋਂ ਟੱਪੇ ਹੋਏ ਸੀ। ਅੱਛਾ ਜੀ, ਠੀਕ ਆ। ਉਹ ਮੈਂ ਰਾਤ ਨੂੰ ਘਰੋਂ ਰੋਟੀ ਖਾ ਕੇ ਤਾਂ ਆਪਣਾ ਜੁੱਲਾ ਚੱਕਿਆ ਤਾਂ ਮੂੰਗਫਲੀ ਦੀ ਰਾਖੀ ਆ ਗਿਆ। ਅੱਛਾ ਜੀ, ਉਹ ਮੈਨੂੰ ਕਹਿਣ ਲੱਗੇ ਤੂੰ ਕਿੱਥੇ ਨਹੀਂ ਚੱਲਾਂ? ਮੈਂ ਦੱਸਿਆ, ਮੈਂ ਕਿਹਾ ਜੀ ਉੱਥੇ ਮੂੰਗਫਲੀ ਆ, ਉਹ ਗਿੱਦੜ ਤਾਂ ਕੁੱਤੇ ਖਾਂਦੇ ਬਹੁਤ ਆ। ਅੱਛਾ ਜੀ, ਅਤੇ ਮੈਂ ਉਹਨਾਂ ਦੀ ਰਾਖੀ ਲਈ ਚੱਲਾਂ। ਅੱਛਾ ਜੀ, ਉਹ ਕਹਿੰਦੇ ਮੇਰਾ ਮੰਜਾ ਵੀ ਚੱਕ, ਮੈਂ ਵੀ ਚੱਲਣਾ ਨਾਲ। ਅੱਛਾ, ਮੇਰਾ ਮੰਜਾ ਤਾਂ ਇੱਥੇ ਪਹਿਲਾਂ ਹੀ ਸੀਗਾ। ਠੀਕ, ਮੈਂ ਵੀ ਉਹਨਾਂ ਦਾ ਮੰਜਾ ਵੀ ਲੈ ਕੇ ਆਇਆ। ਇੰਨੀ ਬਿਰਧ ਉਮਰ ਦਾ, ਪਹਿਲਾਂ ਜੀ ਉਹਨਾਂ ਨੇ ਉੱਥੇ ਧੂਣੀ ਲਾਈ ਮੂੰਗਫਲੀ ਦੀ, ਭੁੰਨ ਕੇ ਖਾਧੀ। ਅੱਛਾ ਜੀ, ਦੋਨੋਂ ਮੈਂ ਤਾਂ ਖਾਣੀ ਹੀ ਖਾਣੀ ਸੀ। ਅੱਛਾ ਜੀ, ਉਹਨੇ ਵੀ ਇੰਨੀ ਉਮਰ 'ਚ ਵੀ ਉਹ ਖਾਧੀ ਆ, ਖਾ ਕੇ ਜਿੱਦਾਂ ਦੀ ਰਜਾਈ ਮੇਰੀ ਸੀ ਇੱਦਾਂ ਦੀ ਉਹਨਾਂ ਦੀ ਸੀ, ਲੰਬੇ ਪੈ ਗਿਆ ਸੀ। 4 ਕੁ ਵਜੇ ਹੋਣਗੇ ਸਵੇਰ ਸਾਰ, ਅਤੇ ਮੈਨੂੰ ਮੂੰਗਫਲੀ 'ਚੋਂ ਆਵਾਜ਼ ਆਈ। ਅੱਛਾ ਜੀ, ਮੈਂ ਉੱਠ ਕੇ ਦੇਖਿਆ ਤਾਂ ਉਹ ਨਾਨਾ ਜੀ
ਉਹ ਮੂੰਗਫਲੀ ਉਡਾਉਣ ਡੇ ਹੋਏ ਸੀ। ਅੱਛਾ ਬੱਲੇ ਬੱਲੇ ਦੇਖੋ ਹੈ। ਮੈਂ ਇਕਦਮ ਕਿਹਾ, ਮੈਂ ਕਿਹਾ ਆਹੀ ਕਰਦੇ ਹਾਂ। ਉਹ ਕਹਿੰਦਾ, ਮੈਂ ਕਿਹਾ ਚੱਲ ਹਵਾ ਭਗਤੀ ਆ, ਕੁਝ ਦੋ ਬੋਰੀਆਂ ਕੱਢ ਹੀ ਲੈਂਦੇ। ਕਿਆ ਬਾਤਾਂ, ਦੇਖ ਲਓ ਇਹ ਘੋਲੀ ਨਹੀਂ ਹੁੰਦੇ ਸੀ, ਹੈ ਨਾ, ਲੱਗੇ ਹੀ ਰਹਿੰਦੇ ਹੁੰਦੇ ਕੁਛ ਨਾ ਕੁਛ ਕਰਨ। ਦੇਖ ਲਓ ਕਿਆ ਬਾਤਾਂ। ਮੈਨੂੰ ਸ਼ੌਕ ਸੀ ਉਦੋਂ, ਹਾਂਜੀ, ਸਣ ਬੀਜਦੇ ਸੀ, ਹਾਂਜੀ, ਸਣ ਦਾ ਆਪ ਰੱਸੀ ਵੱਟ ਕੇ ਮੈਂ ਮੰਜੇ ਬੁਣੇ। ਬਾਬਾ ਜੀ ਦੀਆਂ ਇਹੀ ਸਟੋਰੀਆਂ ਸੁਣਨ ਮੈਂ ਆਉਂਦਾ ਹੁੰਦਾ ਬਾਬਾ ਜੀ ਕੋਲ ਜ਼ਿਆਦਾਤਰ। ਬਾਬਾ ਜੀ ਇਹ ਐਕਸਪੀਰੀਅੰਸ ਜਿਹੜੇ ਆ ਨਾ ਤੁਹਾਡੇ, ਇਹ ਹੁਣ ਦੀ ਜਨਰੇਸ਼ਨ ਕੋਲ ਹੁਣੇ ਹੀ ਨਹੀਂ ਕਦੀ ਵੀ। ਨਹੀਂ, ਅਸੀਂ ਤਾਂ ਉਹਨੂੰ ਹੇਠਾਂ ਬਹਿਣ ਨਹੀਂ ਦਿੰਦੇ ਬੇਟਾ ਨਾ। ਬਾਬਾ ਜੀ ਜਿਹੜੇ, ਇਹ ਤਾਂ ਗੱਲ ਤੁਹਾਡੀ ਸਹੀ ਹੈ ਬਿਲਕੁਲ। ਮੈਂ ਕਿਹਾ ਜਿਹੜੇ ਕੰਮ ਤੁਸੀਂ ਕੀਤੇ ਆ ਨਾ, ਤੁਹਾਡੇ ਬਜ਼ੁਰਗਾਂ ਨੇ ਕੀਤੇ, ਤੁਸੀਂ ਦੱਸ ਰਹੇ ਆ, ਇਹ ਸਾਡੇ ਕੋਲ ਦੱਸਣ ਲਈ ਲੱਭਣੇ ਹੀ ਨਹੀਂ, ਅੱਗੇ ਹੈ ਹੀ ਨਹੀਂ ਹੋਣੇ, ਕਿਉਂਕਿ ਆਪਾਂ ਕਰ ਹੀ ਨਹੀਂ ਰਹੇ ਚੀਜ਼ਾਂ। ਫਰਜ਼ ਕੀਤਾ ਮੋਟੇ ਤੌਰ 'ਤੇ ਬੱਚਾ ਆ, ਹਾਂਜੀ, ਉਹ ਮੋਮਬੱਤੀ ਜਗਦੀ ਆ, ਹਾਂਜੀ, ਉਹਨੂੰ ਲਾਉਂਦਾ ਹੱਥ, ਹਾਂਜੀ ਹਾਂਜੀ, ਆਪਣੀ ਨਿਗਰਾਨੀ 'ਚ ਦੇਖੋ ਜੀ ਜੀ। ਜੇ ਪਹਿਲਾਂ ਹੀ ਦਬਕ ਦਿੱਤਾ ਨਾ, ਉਹ ਚੋਰੀ ਆ ਛਾੜੂਗਾ। ਨਹੀਂ ਨਹੀਂ ਸਹੀ ਗੱਲ ਆ ਬਿਲਕੁਲ। ਆਪਣੀ ਦੇਖੋ ਸਹੀ, ਵੀ ਛੇਕ ਵੀ ਨਾ ਲੱਗ ਜਾਏ ਅਤੇ ਕਿੱਥੇ ਤਾਂ ਨਹੀਂ ਜਾਂਦਾ ਹੋਊਗਾ ਆਪ, ਉਹ ਨਹੀਂ ਅਸੀਂ ਕਰਦੇ। ਬਹੁਤ ਵਧੀਆ ਲੱਗਾ ਬਾਬਾ ਜੀ ਅੱਜ ਮਿਲ ਕੇ, ਬਹੁਤ ਇੱਕ ਮਨ ਨੂੰ ਸਕੂਨ ਮਿਲਦਾ ਕਿ ਇੱਥੇ ਬੜੇ ਚਿਰਾਂ ਬਾਅਦ ਆਉਣਾ ਹੋਇਆ, ਜਿੱਦਾਂ ਮੈਂ ਸਾਰੇ ਵਿਊਜ਼ ਨੂੰ ਦੱਸਿਆ ਹੀ ਆ। ਅਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਮਤਲਬ ਕਿ ਪਲੈਨ ਆ ਬਾਬਾ ਜੀ ਦੇ ਨਾਲ, ਉਹ ਤੁਹਾਨੂੰ ਦੱਸਾਂਗੇ ਆਉਣ ਵਾਲੇ ਵਲੌਗਸ ਦੇ ਵਿੱਚ ਕਿ ਕੀ ਅਸੀਂ ਸ਼ੁਰੂਆਤ, ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਪੇੜ ਪੌਦਿਆਂ ਦੇ ਬਾਰੇ ਤੁਹਾਨੂੰ ਨੌਲੇਜ ਦੇਵਾਂਗੇ, ਬਟ ਇੱਕ ਡਿਫਰੈਂਟ ਤਰੀਕੇ ਨਾਲ। ਚਲੋ ਉਹਦੇ ਬਾਰੇ ਤੁਹਾਨੂੰ ਆਉਣ ਵਾਲੇ ਵਲੌਗਸ ਦੇ ਵਿੱਚ ਦੱਸਾਂਗੇ ਕਿ ਕੁਝ ਕੁ ਸਾਡੇ ਜੋ ਪਲੈਨਸ ਹਨ ਉਹ ਕਿੱਦਾਂ ਅਸੀਂ ਐਗਜ਼ੀਕਿਊਟ ਕਰਾਂਗੇ। ਅਤੇ ਬਾਬਾ ਜੀ ਨਾਲ ਮੈਂ ਗੱਲ ਕੀਤੀ ਸੀ, ਬਾਬਾ ਜੀ ਦੇਖਾਂਗੇ ਉਹ ਵੀ, ਅਤੇ ਕੁਝ ਹੋਰ ਸਾਰੇ ਬੂਟੇ ਤਾਂ ਚਲੋ ਮੈਂ ਨਹੀਂ ਕਹਿ ਸਕਦਾ ਕਵਰ ਕਰ ਲਏ ਹੁਣੇ ਆਪਾਂ, ਕੁਝ ਨਾ ਕੁਝ ਬੂਟੇ ਲੁਕੇ ਰਹਿ ਜਾਂਦੇ ਆ, ਉਹ ਦੇਖਾਂਗੇ। ਕਿਉਂ ਬਾਬਾ ਜੀ, ਠੀਕ ਹੈ ਜੀ। ਚਲੋ ਹੁਣ ਸੂਰਜ ਵੀ ਢਲ ਗਿਆ, ਧੰਨਵਾਦ ਜੀ ਬਾਬਾ ਜੀ ਬਹੁਤ ਬਹੁਤ, ਸਤਿ ਸ਼੍ਰੀ ਅਕਾਲ ਜੀ, ਪੈਰੀ ਪੰਨੇ ਆ, ਅਤੇ ਫਿਰ ਮਿਲਾਂਗੇ ਬਹੁਤ ਜਲਦ। ਠੀਕ ਆ ਜੀ, ਮੇਰੇ ਸਾਰੇ ਵਿਊਜ਼ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਦੇਖਦੇ ਰਹਿਣ ਲਈ। ਬਹੁਤ ਜਲਦ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਕੋਈ ਨਵੀਂ ਇਨਫੋਰਮੇਸ਼ਨ, ਨਵੀਂ ਜਾਣਕਾਰੀ ਦੇ ਨਾਲ। ਟਿਲ ਦੈਨ ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।